ਇੱਕ ਗੱਲ ਮੈਂ ਤੁਹਾਨੂੰ ਅੱਜ ਕਹਿਣ ਆਇਆ ਕਿ ਜੇ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦਾ, ਜੇ ਲੀਡਰਾਂ ਦੀ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦਾ। ਤੁਸੀਂ ਆਪਣੇ ਦੋਸਤਾਂ ਨੂੰ, ਪਟਿਆਲੇ ਰਹਿੰਦੇ ਹੋਣੇ, ਦੇਵੀਗੜ੍ਹ ਰਹਿੰਦੇ ਹੋਣੇ, ਘੜਾਮ ਰਹਿੰਦੇ ਹੋਣੇ, ਸਨੌਰ ਰਹਿੰਦੇ ਹੋਣੇ, ਘਨੌਰ ਰਹਿੰਦੇ ਹੋਣੇ, ਸ਼ੰਭੂ ਰਹਿੰਦੇ ਹੋਣੇ, ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਿਓ। ਅੱਜ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਪੰਜਾਬ 'ਚ, 43,000 ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਤੋਂ ਦੇ ਕੇ ਤੁਹਾਡੇ ਸਾਹਮਣੇ ਖੜਾ, 43,000। ਔਰ ਕਿਸੇ ਦਾ 1 ਰੁਪਈਆ ਲੱਗਿਆ ਹੋਵੇ ਮੈਨੂੰ ਦੱਸ ਦਿਓ ਕਿਰਪਾ ਕਰਕੇ, ਕਿ 1 ਰੁਪਈਆ ਲੱਗ ਗਿਆ ਜਾਂ ਚਾਹ ਪੀ ਲਈ, 2 ਰੁਪਈਆਂ ਦਾ ਚਾਹ ਦਾ ਕੱਪ ਪੀ ਲਿਆ ਕਿਸੇ MLA ਨੇ ਜਾਂ ਮੰਤਰੀ ਨੇ ਨੌਕਰੀ ਦਵਾਉਣ ਬਦਲੇ 2 ਰੁਪਈਆਂ ਦਾ। ਇੱਕ ਘਰ 'ਚ 3-3 ਨੌਕਰੀਆਂ ਵੀ ਮਿਲੀਆਂ ਨੇ ਕਿਉਂਕਿ ਬੱਚਿਆਂ ਨੇ ਪੇਪਰ ਦਿੱਤੇ, ਜਿਹੜੇ ਮੈਰਿਟ 'ਚ ਆ ਗਏ ਅਸੀਂ ਬੁਲਾ ਲਏ, ਹਜੇ ਹੋਰ ਬਹੁਤ ਸਾਰੀਆਂ ਨੌਕਰੀਆਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ। ਅਤੇ ਇੱਥੇ ਹਰਿਆਣੇ 'ਚ ਮੈਂ ਪਤਾ ਕੀਤਾ, ਖੱਟਰ ਸਾਹਿਬ ਕਹਿੰਦੇ ਯੂਕਰੇਨ ਚਲੇ ਜਾਓ, ਉੱਥੇ ਫੌਜ 'ਚ ਭਰਤੀ ਹੋ ਜਾਓ। ਲੈ ਦੱਸ, ਅਸੀਂ ਯੂਕਰੇਨ 'ਚੋਂ ਕੱਢੀ ਜਾਂਦੇ ਹਾਂ ਆਪਣੇ ਬੱਚਿਆਂ ਨੂੰ, ਹਰਿਆਣੇ ਵਾਲੇ ਕਹਿੰਦੇ ਉੱਥੇ ਜਾ ਕੇ ਨੌਕਰੀਆਂ ਕਰ ਲਓ, ਸਾਡੇ ਤੋਂ ਦਿੱਤੀ ਨਹੀਂ ਜਾਂਦੀ। ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਇਹ ਗੱਲ ਕਹਿੰਦੇ? ਇਹ ਸਾਡੇ ਲੀਡਰ ਨੇ ਕਿ ਸਾਡੇ ਬੱਚਿਆਂ ਨੂੰ ਕਹਿ ਰਹੇ ਨੇ ਤੁਸੀਂ ਜਾ ਕੇ ਉੱਥੋਂ ਦੀ ਫੌਜ 'ਚ ਭਰਤੀ ਹੋ ਜਾਓ ਜਿੱਥੇ ਲੜਾਈ ਲੱਗੀ ਹੋਈ ਹੈ। ਦੱਸ, ਇਹ ਬਹੁਤ ਫਰਕ ਹੈ ਜੀ, ਨੀਅਤ ਦਾ ਫਰਕ ਹੈ। ਸੋ ਇਹਨਾਂ ਦੇ ਪਿੱਛੇ ਨਾ ਲੱਗਿਓ, ਹਰਿਆਣੇ ਨੇ ਤੇ ਪੰਜਾਬ ਨੇ ਸਾਰੀਆਂ ਪਾਰਟੀਆਂ ਨੂੰ ਮੌਕਾ ਦਿੱਤਾ ਜੀ। ਛੋਟੇ ਵੱਡੇ ਭਾਈ ਹਾਂ ਆਪਾਂ, ਹਰਿਆਣਾ ਪੰਜਾਬ ਪਹਿਲਾਂ ਇਕੱਠੀ ਹੁੰਦੇ ਸੀ। ਪੰਜਾਬ ਨੇ ਵੀ ਕਾਂਗਰਸ ਨੂੰ ਮੌਕਾ ਦਿੱਤਾ ਕਈ ਵਾਰੀ, ਅਕਾਲੀ ਦਲ ਨੂੰ ਮੌਕਾ ਦਿੱਤਾ ਕਈ ਵਾਰੀ, ਅਕਾਲੀ ਦਲ ਦੇ ਨਾਲ ਭਾਜਪਾ ਇਕੱਠੀ ਹੋ ਗਈ, ਮੌਕਾ ਦਿੱਤਾ ਕਈ ਵਾਰੀ, ਵਾਰ ਵਾਰ ਮੌਕਾ ਦਿੱਤਾ ਕਿ ਸ਼ਾਇਦ ਹੁਣ ਸੁਧਰ ਗਏ ਹੋਣਗੇ 5 ਸਾਲਾਂ ਬਾਅਦ, ਗੱਲ ਨਹੀਂ ਬਣੀ। ਹਰਿਆਣੇ ਨੇ ਕਾਂਗਰਸ ਨੂੰ ਮੌਕਾ ਦਿੱਤਾ ਕਈ ਵਾਰੀ, ਭਾਜਪਾ ਨੂੰ ਮੌਕਾ ਦਿੱਤਾ ਕਈ ਵਾਰੀ, ਇਨੈਲੋ ਨੂੰ ਮੌਕਾ ਦਿੱਤਾ ਕਈ ਵਾਰੀ, ਫਿਰ ਦੁਬਾਰਾ ਮੌਕਾ ਦਿੱਤਾ ਸ਼ਾਇਦ ਸੁਧਰ ਗਏ ਹੋਣ, ਗੱਲ ਨਹੀਂ ਬਣੀ। ਸੋ ਆਪਣਾ ਤਾਂ ਸਾਰਾ ਕੁਝ ਸਾਂਝਾ। ਉਹ ਤੋਂ ਬਾਅਦ ਫਿਰ ਪੰਜਾਬ ਵਾਲਿਆਂ ਨੇ 2022 'ਚ ਇੱਕ ਮੌਕਾ ਦਿੱਤਾ, 117 'ਚੋਂ 92। ਅੱਜ ਉਹ ਦੋਨੇ ਪਾਰਟੀਆਂ ਕਿਤੇ ਲੱਭਦੀਆਂ ਨਹੀਂ, ਅੱਧੇ ਜੇਲ੍ਹ 'ਚ ਨੇ, ਅੱਧੇ ਜਾਣ ਦੀ ਤਿਆਰੀ 'ਚ ਨੇ। ਜੋ ਉਹਨਾਂ ਨੇ ਪੈਸਾ ਲੁੱਟਿਆ, ਜੋ ਲੋਕਾਂ ਦਾ ਖੂਨ ਨਿਚੋੜਿਆ, ਉਹਦਾ ਹਿਸਾਬ ਲੈ ਰਿਹਾ ਮੈਂ। ਹਰ ਦੂਜੇ ਤੀਜੇ ਦਿਨ ਪੜ੍ਹਦੇ ਹੋਵੋਗੇ ਕਿ ਪੰਜਾਬ 'ਚ ਫਲਾਨਾ ਫੜ ਲਿਆ ਰਿਸ਼ਵਤ, ਪੁਰਾਣੀ ਲਈ ਹੋਈ, ਪੁਰਾਣੀ ਲਈ ਹੋਈ ਰਿਸ਼ਵਤ। ਜੇ ਅੱਜ ਤੋਂ 10 ਸਾਲ ਪਹਿਲਾਂ ਵੀ ਪੈਸਾ ਲੁੱਟਿਆ ਨਾ ਲੋਕਾਂ ਦਾ, ਵਿਆਜ ਸਮੇਤ ਵਾਪਸ ਕਰਵਾਊਂਗਾ ਮੈਂ, ਵਿਆਜ ਸਮੇਤ ਖਜ਼ਾਨੇ 'ਚ ਲੈ ਕੇ ਆਊਂਗਾ, ਪੰਜਾਬ ਦੇ ਖਜ਼ਾਨੇ 'ਚ। ਫਿਰ ਦੁਬਾਰਾ ਆਪਣੇ ਦੋਸਤਾਂ ਨੂੰ ਫੋਨ ਕਰ ਲਿਓ ਕਿ ਭਗਵੰਤ ਮਾਨ ਆ ਕੇ ਭੇਵੇ ਕਹਿ ਕੇ ਗਿਆ ਸੀ ਕਿ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ ਪੰਜਾਬ 'ਚ, 90% ਘਰਾਂ ਨੂੰ ਬਿਜਲੀ ਦਾ ਬਿੱਲ 0 ਆਉਂਦਾ। ਪੁੱਛ ਲਿਓ, 2 ਸਾਲ ਹੋ ਗਏ, ਜੁਲਾਈ ਦਾ ਕੀਤਾ ਹੋਇਆ, ਜੁਲਾਈ ਦਾ।